ਜੇਕਰ ਦੋਸਤੋ ਤੁਹਾਡਾ ਵੀ ਲੇਬਰ ਕਾਰਡ ਤੇ ਪੈਸਾ ਰੁਕਿਆ ਹੋਇਆ ਹੈ ਕੋਈ ਸਕੀਮ ਹੈ ਕੋਈ ਸਕਾਲਰਸ਼ਿਪ ਦਾ ਪੈਸਾ ਹੈ ਤੁਹਾਡਾ ਉਹ ਪੈਸਾ ਰੁਕ ਚੁੱਕਾ ਹੈ 27 ਨੰਬਰ ਫਾਰਮ ਦੇ ਕਾਰਨ ਤੁਹਾਨੂੰ ਉਹ ਦੁਬਾਰਾ ਦੁਬਾਰਾ 27 ਨੰਬਰ ਫਾਰਮ ਫਿਲਪ ਕਰਨ ਨੂੰ ਕਹਿ ਰਹੇ ਹਨ ਹੁਣ ਦੋਸਤੋ ਉਹ ਸਾਰਾ ਸਿਸਟਮ ਅਪਡੇਟ ਹੋ ਚੁੱਕਿਆ ਹੈ ਤੁਸੀਂ ਆਪਣਾ ਨਵਾਂ 27 ਨੰਬਰ ਫਾਰਮ ਇੰਗਲਿਸ਼ ਪੀਡੀਐਫ ਦੇ ਵਿੱਚ ਆਇਆ ਜੋ ਤੁਸੀਂ ਫਾਰਮ ਅਪਲਾਈ ਕਰਕੇ ਤੁਸੀਂ ਆਪਣਾ ਜਿਹੜਾ ਕਿ ਇਹ ਜਮ੍ਹਾਂ ਕਰਾਓਗੇ ਤੇ ਤੁਹਾਡਾ ਪੈਸਾ ਰੁਕਿਆ ਹੋਇਆ ਆ ਜਾਵੇਗਾ। ਜੀ ਹਾਂ ਦੋਸਤੋ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ। ਜੇਕਰ ਦੋਸਤੋ ਤੁਹਾਡਾ ਇਸ ਫਾਰਮ ਨੂੰ ਦਿੱਤੇ ਬਿਨਾ ਫਿਰ ਵੀ ਪੈਸਾ ਨਹੀਂ ਆਉਂਦਾ। ਫਿਰ ਵੀ ਦੋਸਤੋ ਤੁਸੀਂ ਕੀ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਗਾਈਡ ਕਰ ਦਾਂਗਾ। ਜੇਕਰ ਦੋਸਤੋ ਤੁਸੀਂ ਹੁਣ ਇਹ ਪੈਸਾ ਲੈਣਾ ਚਾਹੁੰਦੇ ਹੋ ਤਾਂ ਇਸ ਫਾਰਮ ਨੂੰ ਤੁਸੀਂ ਅਪਲਾਈ ਕਰਨਾ ਸਿੱਖੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ। ਸਟੈਪ ਬਾਈ ਸਟੈਪ ਤੁਹਾਨੂੰ ਫਾਰਮ ਅਪਲਾਈ ਕਰਨਾ ਸਿਖਾਵਾਂਗਾ। ਜਿਹੜਾ ਦੋਸਤੋ ਤੁਸੀਂ ਇਹ ਫਾਰਮ ਲੈਣਾ ਹੈ। ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਇਸ ਦੇ ਨੀਚੇ ਤੁਹਾਨੂੰ ਸਾਡਾ ਟੈਲੀਗ੍ਰam ਗਰੁੱਪ ਮਿਲੇਗਾ ਉਸ ਟੈਲੀਗ੍ਰam ਗਰੁੱਪ ਦੇ ਵਿੱਚ ਤੁਹਾਨੂੰ ਫਿਲ ਕੀਤਾ ਹੋਇਆ ਫਾਰਮ ਮਿਲ ਜਾਏਗਾ ਇੱਥੇ ਦੋਸਤੋ ਤੁਹਾਨੂੰ ਇੱਕ ਫਿਲ ਕੀਤਾ ਫਾਰਮ ਤੇ ਇੱਕ ਦੋਸਤੋ ਖਾਲੀ ਫਾਰਮ ਮਿਲੇਗਾ ਜਿਹੜਾ ਕਿ ਦੋਸਤੋ ਤੁਸੀਂ ਫਿਲ ਕਰੋਗੇ ਦੇਖ ਕੇ ਕਿਉਂਕਿ ਤੁਹਾਨੂੰ ਇੱਥੇ ਹਾਜ਼ਰੀ ਬਣਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਹਾਜ਼ਰੀ ਦੇ ਕਾਰਨ ਹੀ ਤੁਹਾਡਾ ਇੱਥੇ ਪੈਸਾ ਨਹੀਂ ਆਉਂਦਾ ਵਾਰ-ਵਾਰ ਤੁਹਾਡਾ ਜਿਹੜਾ ਕਿ 27 ਨੰਬਰ ਫਾਰਮ ਮੰਗਿਆ ਜਾ ਰਿਹਾ ਹੈ ਤਾਂ ਦੋਸਤੋ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਜੇਕਰ ਦੋਸਤੋ ਤੁਹਾਨੂੰ ਇਸ ਫਾਰਮ ਨੂੰ ਅਪਲਾਈ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਡਿਸਕਸ ਕਰ ਲਿਓ ਗਲਤੀ ਨਾ ਕਰਿਓ ਕਿਉਂਕਿ ਦੋਸਤੋ ਗਲਤੀ ਕਰੋਗੇ ਦੁਬਾਰਾ ਫਿਰ ਤੁਹਾਡਾ 27 ਨੰਬਰ ਫਾਰਮ ਮੰਗੇਗਾ ਜੇਕਰ ਦੋਸਤੋ ਤੁਹਾਡੀ ਇੱਥੇ ਕੋਈ ਵੀ ਆਬਜੈਕਸ਼ਨ ਲੱਗ ਚੁੱਕੀ ਹੈ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿੱਦਾਂ ਚੈੱਕ ਕਰ ਪਾਓਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਟੋਟਲੀ ਜਾਣਕਾਰੀ ਮਿਲੇਗੀ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਜੇਕਰ ਦੋਸਤੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਬੈਲ ਕੋਈ ਵੀ ਨਵੀਂ ਅਪਡੇਟ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਏਗੀ ਵੀਡੀਓ ਚੰਗੀ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦੇਣਾ ਅੱਗੇ ਦੋਸਤੋ ਤੁਸੀਂ ਵੀਡੀਓ ਵਾਚ ਕਰੋ ਕਿਦਾਂ ਦੋਸਤੋ ਤੁਸੀਂ ਆਪਣਾ 27 ਨੰਬਰ ਫਾਰਮ ਕੰਪਲੀਟ ਕਰੋਗੇ ਦੋਸਤੋ ਇਹ ਹੈ ਤੁਹਾਡਾ 27 ਨੰਬਰ ਨਵਾਂ ਫਾਰਮ ਇੱਥੇ ਦੋਸਤੋ ਤੁਹਾਡਾ ਆ ਰਿਹਾ ਹੈ ਨਾਮ ਪਹਿਲਾਂ ਤਾਂ ਜਿਸ ਪਰਸਨ ਦੇ ਨਾਮ ਤੇ ਤੁਹਾਡਾ ਲੇਬਰ ਕਾਰਡ ਬਣਿਆ ਹੋਇਆ ਹੈ ਉਸ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ ਫਾਦਰ ਦਾ ਨਾਮ ਜੇਕਰ ਹਸਬੰਦ ਦਾ ਨਾਮ ਹੈ ਤਾਂ ਹਸਬੰਦ ਦਾ ਨਾਮ ਲਿਖ ਲੋਗੇ ਵਿਲੇਜ ਨੇਮ ਕੀ ਹੈ ਤੁਹਾਡਾ ਪੋਸਟ ਆਫਿਸ ਕੀ ਹੈ तहसील डिस्ट्रिक्ट फिर ਇੱਥੇ ਆਧਾਰ ਕਾਟ ਲਿਖ ਲੋਗੇ ਨੰਬਰ ਇਸ ਤੋਂ ਬਾਅਦ ਥੱਲੇ ਤੁਸੀਂ ਆਪਣੀ ਡੇਟ ਲਿਖ ਲੋਗੇ ਜਿਸ ਡੇਟ ਨੂੰ ਤੁਸੀਂ ਜਮ੍ਹਾਂ ਕਰਾਉਣਾ ਹੈ ਇਸ ਤੋਂ ਬਾਅਦ ਤੁਸੀਂ ਆਪਣਾ ਅੰਗੂਠਾ ਇੱਥੇ ਲਗਾ ਲੋਗੇ ਜੇਕਰ ਇੱਥੇ ਜਿਸ ਪਰਸਨ ਦਾ ਤੁਸੀਂ ਇਹ ਅਪਲਾਈ ਕਰ ਰਹੇ ਹੋ ਉਹ ਪਰਸਨ ਪੜਿਆ ਨਹੀਂ ਹੋਇਆ ਤਾਂ ਇੱਥੇ ਅੰਗੂਠਾ ਨਹੀਂ ਤੁਸੀਂ ਸਿਗਨੇਚਰ ਕਰ ਲੋਗੇ ਮੋਬਾਈਲ ਨੰਬਰ ਵੀ ਥੱਲੇ ਲਿਖ ਲੋਗੇ ਉਸ ਤੋਂ ਬਾਅਦ ਥੱਲੇ ਤੁਸੀਂ ਦੇਖੋਗੇ ਇਹ ਹੈ ਮੇਨ ਤੁਹਾਡਾ ਜਿਹੜਾ ਕਿ ਪਾਰਟ ਜਿਸ ਵਿੱਚ ਤੁਹਾਡੀ ਹਰ ਵਾਰ ਗਲਤੀ ਹੁੰਦੀ ਹੈ ਤੇ ਤੁਹਾਡਾ ਪੈਸਾ ਰੁਕ ਜਾਂਦਾ ਹੈ ਇਥੇ ਦੋਸਤੋ ਤੁਹਾਡਾ ਵਰਕ ਆਏਗਾ ਯਾਨੀ ਕਿ ਤੁਹਾਡੀ ਡੇਟ ਆਏਗੀ ਕਿ ਤੁਸੀਂ ਇਸ ਡੇਟ ਤੋਂ ਐਨੀ ਡੇਟ ਤੱਕ ਕੰਮ ਕਰਦੇ ਰਹੋ ਇਸ ਪਰਸਨ ਦੇ ਕੋਲ ਜਿੱਦਾਂ ਦੋਸਤੋ ਤੁਸੀਂ ਇੱਥੇ 20 ਦਿਨ ਕੰਮ ਕੀਤਾ ਉਹ ਤੁਹਾਡੀ ਇੱਥੇ 20 ਦਿਨਾਂ ਤੋਂ ਇੱਥੇ ਡੇਟ ਆ ਜਾਏਗੀ ਉਸ ਤੋਂ ਬਾਅਦ ਤੁਹਾਡੀ ਐਂਡ ਡੇਟ ਕੀ ਸੀਗੀ ਉਹ ਆ ਜਾਏਗੀ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਤੁਹਾਨੂੰ ਇਹ ਫਾਰਮ ਅਪਲਾਈ ਕੀਤਾ ਹੋਇਆ ਜਿਹੜਾ ਤੁਹਾਨੂੰ ਬਿਲਕੁਲ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜਾਏਗਾ ਤੁਸੀਂ ਬਸ ਇੱਥੇ ਜਿਹੜਾ ਤੁਹਾਨੂੰ ਇਹ ਵਰਕ ਹੋਏਗਾ ਇਹਨਾਂ ਇਹ ਤੁਹਾਨੂੰ ਫਿਲਪ ਕੀਤਾ ਹੋਇਆ ਵੀ ਮਿਲੇਗਾ ਤੇ ਇੱਥੇ ਵੀ ਫਿਲਪ ਕੀਤਾ ਹੋਇਆ ਮਿਲੇਗਾ। ਬਸ ਤੁਸੀਂ ਇੱਥੇ ਚੇਂਜ ਕੀ ਕਰਨਾ ਹੈ ਜਿਸ ਪਰਸਨ ਦੇ ਕੋਲ ਤੁਸੀਂ ਕੰਮ ਕਰਦੇ ਰਹੋ ਉਸਦਾ ਨਾਮ ਆ ਜਾਏਗਾ ਉਸਦਾ ਵਿਲੇਜ ਆ ਜਾਏਗਾ ਉਸਦੇ ਪਿਤਾ ਦਾ ਨਾਮ ਯਾਨੀ ਕਿ ਜਿਸ ਤੁਸੀਂ ਮਿਸਤਰੀ ਦੇ ਕੋਲ ਕੰਮ ਕਰਦੇ ਰਹੋ ਉਹ ਤੁਸੀਂ ਇੱਥੇ ਲਿਖ ਦੋਗੇ। ਨਾਮ ਉਹਦਾ ਉਹਦੇ ਪਿਤਾ ਦਾ ਨਾਮ ਉਸਦੇ ਪਿੰਡ ਦਾ ਨਾਮ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉਸਦਾ ਮੋਬਾਈਲ ਨੰਬਰ ਉਸ ਤੋਂ ਬਾਅਦ ਉਸਤੇ ਸਿਗਨੇਚਰ ਤੁਸੀਂ ਆ ਦੇਖ ਰਹੇ ਹੋ ਸਿਗਨੇਚਰ ਵੀ ਹੋਣਗੇ। ਤਿੰਨ ਤੁਸੀਂ ਇੱਦਾਂ ਮਿਸਤਰੀਆਂ ਦੇ ਨਾਮ ਪਿਤਾ ਦੇ ਨਾਮ ਐਡਰੈਸ ਮੋਬਾਈਲ ਨੰਬਰ ਤੁਸੀਂ ਕਨੇਚਰ ਕਰਾ ਲੋਗੇ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਰਹੇ ਹੋ ਇਹ ਫਾਰਮ ਤੁਹਾਨੂੰ ਖਾਲੀ ਮਿਲੇਗਾ ਇੱਕ ਇੱਕ ਨਾਲ ਤੁਹਾਨੂੰ ਭਰਿਆ ਹੋਇਆ ਮਿਲੇਗਾ ਤੁਹਾਨੂੰ ਆਸਾਨੀ ਹੋ ਜਾਏਗੀ ਉਸ ਨੂੰ ਦੇਖ ਲਿਓ ਟੈਲੀਗ੍ਰam ਗਰੁੱਪ ਦੇ ਵਿੱਚ ਇਸ ਤੋਂ ਬਾਅਦ ਤੁਹਾਡਾ ਇੱਥੇ ਰਿਮਾਰਕ ਆ ਰਿਹਾ ਹੈ ਮੋਬਾਈਲ ਨੰਬਰ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਨੇਮ ਆਫਿਸ ਇਹ ਤੁਸੀਂ ਲਿਖ ਲੋਗੇ ਜੋ ਵੀ ਤੁਹਾਡਾ ਨੇਮ ਰਹੇਗਾ ਇਹਨਾਂ ਕੰਮ ਕਰਨ ਤੋਂ ਬਾਅਦ ਤੁਸੀਂ ਇਸ ਫਾਰਮ ਨੂੰ ਜਿਹੜਾ ਕੀ ਹੋਵੇਗਾ ਸੁਬਿਦਾ ਸੈਂਟਰ ਦੇ ਵਿੱਚ ਜਮ੍ਹਾਂ ਕਰਾ ਦੋਗੇ ਜੇਕਰ ਤੁਸੀਂ ਆਨਲਾਈਨ ਫਿਲਪ ਕਰਨਾ ਚਾਹੁੰਦੇ ਹੋ ਤਾਂ ਕਿਰਤੀ ਸਹਾਇਕ ਐਪ ਤੋਂ ਦੋਸਤੋ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗੀ ਉਸ ਵੀਡੀਓ ਨੂੰ ਵਾਚ ਕਰਕੇ ਤੁਸੀਂ ਆਪਣੇ ਇਸ ਫਾਰਮ ਨੂੰ ਆਨਲਾਈਨ ਵੀ ਸਬਮਿਟ ਕਰ ਸਕਦੇ ਹੋ ਹੁਣ ਦੋਸਤੋ ਤੁਹਾਡੀ ਆਬਜੈਕਸ਼ਨ ਜਿਹੜੀ ਲੱਗੀ ਹੋਈ ਹੈ ਉਹ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਹੁਣ ਦੋਸਤੋ ਤੁਸੀਂ ਸਿੰਪਲੀ ਕੋਈ ਵੀ ਗੂਗਲ ਕ੍ਰੋਮ ਓਪਨ ਕਰ ਲੋਗੇ ਇੱਥੇ ਦੋਸਤੋ ਤੁਸੀਂ B O C W ਲਿਖ ਦੋਗੇ ਜਦੋਂ ਦੋਸਤੋ ਤੁਸੀਂ BOCW ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹ ਵੈਬਸਾਈਟ ਆ ਜਾਏਗੀ ਇਸ ਵੈਬਸਾਈਟ ਤੇ ਜਾ ਕੇ ਦੋਸਤੋ ਤੁਸੀਂ ਸਟੇਟਸ ਜਿਹੜਾ ਕਿ ਫਾਈਂਡ ਕਰ ਲੋਗੇ ਤੇ ਤੁਹਾਡੀਆਂ ਸਾਰੀਆਂ ਆਬਜੈਕਸ਼ਨਾਂ ਸ਼ੋ ਹੋ ਜਾਣਗੀਆਂ ਤਾਂ ਜਿਹੜੀ ਵੀ ਤੁਹਾਡੀ ਆਬਜੈਕਸ਼ਨ ਹੈਗੀ ਹੈ ਤੁਸੀਂ ਉਹ ਆਬਜੈਕਸ਼ਨ ਨੂੰ ਕਲੀਅਰ ਕਰਨ ਦੇ ਲਈ ਫਾਰਮ ਅਪਲਾਈ ਕਰੋਗੇ ਤਾਂ ਇਹਦਾ ਦੋਸਤੋ ਤੁਹਾਡੀ ਆਬਜੈਕਸ਼ਨ ਕਲੀਅਰ ਹੋ ਜਾਵੇਗੀ ਜੇਕਰ ਦੋਸਤੋ ਤੁਹਾਨੂੰ ਫਾਰਮ ਜਾਂ ਫਿਰ ਕੋਈ ਇੱਥੇ ਅਪਡੇਟ ਜਿਹੜੀ ਕਿ ਸਮਝ ਨਹੀਂ ਆਈ ਉਸ ਬਾਰੇ ਵੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦੇਣਾ ਉਸ ਦਾ ਤੁਹਾਨੂੰ ਰਿਪਲਾਈ ਮਿਲ ਜਾਏਗਾ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ